ਤੇ ਗੱਲ ਕਰਨੀ ਆ ਮੱਤੇਵੜੇ ਦੇ ਜੰਗਲ ਦੀ ਮੱਤੇਵੜਾ ਦਾ ਜੰਗਲ ਸਾਨੂੰ ਸਭ ਨੂੰ ਪਤਾ ਕਿ ਉਹਦੀ ਪਹਿਲੇ ਵੀ ਪਹਿਲਾਂ ਵੀ ਬਹੁਤ ਵਾਰੀ ਉਹਦਾ ਬਵਾਦ ਉੱਠਿਆ ਹੈ ਅਸ ਟਾਈਮ ਜਿਹੜਾ ਸੀਐਮ ਸਾਡਾ ਸਰਦਾਰ ਭਗਮਾਨ ਤਮਨ ਸਿੰਘ ਸਾਹਿਬ ਉਹਨਾਂ ਨੇ ਵੀ ਉਸ ਜੰਗਲ ਦਾ ਬਹੁਤ ਵਿਰੋਧ ਕੀਤਾ ਸੀਗਾ ਕਿ ਇਹ ਜੰਗਲ ਕੱਟ ਕੇ ਇੰਡਸਟਰੀਅਲ ਪਾਰਕ ਕਿਉਂ ਬਣਾਇਆ ਜਾ ਰਿਹਾ ਹੈ ਇੱਥੇ ਫੈਕਟਰੀਆਂ ਇੰਡਸਟਰੀਆਂ ਕਿਉਂ ਲਾਈਆਂ ਜਾ ਰਹੀਆਂ ਨੇਗੀਆਂ ਇਸ ਕਰਕੇ ਇਹ ਸਭ ਨੂੰ ਇਸ ਚੀਜ਼ ਦਾ ਪਤਾ ਹੈ ਕਿ ਸਾਡਾ ਅਸ ਟਾਈਮ ਜਿਹੜਾ ਸਾਡੇ ਸਾਡਾ ਜਿਹੜਾ ਪੰਜਾਬ ਦੇ ਵਿੱਚ 33% ਦਰਖਤ ਚਹੀਂਦੇ ਨੇ ਅੱਜ ਪੰਜਾਬ ਦਾ ਰਕਬਾ ਦਰਖਤਾਂ ਹੈਠ 3.4% ਪੰਜਾਬ ਦਾ ਰਕਬਾ ਦਰਖਤਾਂ ਹੈਠ ਹੈ ਸਾਰਾ ਪੰਜਾਬ ਦਾ ਜਿਹੜਾ ਰਕਬਾ ਦਰਖਤਾਂ ਹੈਠੋਂ ਚਲਾ ਗਿਆ ਪਰ ਗੱਲ ਇਹ ਹੈ ਕਿ ਮੇਰੇ ਭੈਣ ਭਰਾਵਾਂ ਨੂੰ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜਿਹੜੇ ਭਗਮਾਨਤਮਨ ਸਾਹਿਬ ਉਹ ਤੋਂ ਵਿਰੋਧ ਕਰ ਰਿਹਾ ਸੀਗਾ ਕਿ ਇੱਥੇ ਅਸੀਂ ਇੰਡਸਟਰੀਅਲ ਪਾਰਕ ਨਹੀਂ ਲੱਗਣ ਦੇਵਾਂਗੇ ਇੱਥੇ ਫੈਕਟਰੀਆਂ ਇੰਡਸਟਰੀਆਂ ਨਹੀਂ ਲੱਗਣ ਦੇਵਾਂਗੇ ਸੁਣੋ ਇਸ ਚੀਜ਼ ਦਾ ਸਭ ਨੂੰ ਪਤਾ ਕਿ ਅੱਜ ਪੰਜਾਬ ਦਾ ਵਾਤਾਵਰਣ ਕਿੰਨਾ ਤਬਾਹ ਹੋ ਗਿਆ ਪਰ ਅੱਜ ਉਹੀ ਭਗਮੰਤਮਾਨ ਕਿਉਂ ਜਿਹੜਾ ਉੱਥੇ ਮੱਤੇਵੜ ਦਾ ਜੰਗਲ ਕਟਵਾ ਕੇ ਜਾਂ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਕਿਉਂ ਉੱਥੇ ਇੰਡਸਟਰੀਅਲ ਪਾਰਕ ਬਣਾ ਰਿਹਾ ਹੈ ਇਹ ਗੱਲ ਕਹਿ ਰਹੇ ਨੇ ਵੀ ਜੰਗਲ ਨਹੀਂ ਕੱਟਿਆ ਜਾ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿੰਨੇ ਵੀ ਇਸ ਟਾਈਮ ਜੁੜੇ ਹੋਇਓ ਸਾਡੇ ਕੋਲੇ ਤੌਲਾ ਫੈਕਟਰੀ ਹੈ ਸਾਨੂੰ ਸੋਨੂੰ ਸਭ ਨੂੰ ਪਤਾ ਕਿ ਤੌਲਾ ਫੈਕਟਰੀ ਜਿਹੜੀ ਟ੍ਰਾਈਡੈਂਟ ਫੈਕਟਰੀ ਉਹ ਕਿੰਡੀ ਵੱਡੀ ਫੈਕਟਰੀ ਹੈ ਸਾਡੇ ਇੱਥੋਂ ਮੈਂ 20-25 ਕਿਲੋਮੀਟਰ ਦੂਰ ਬੈਠਾ ਹਾਂ ਸਾਡੇ ਇੱਥੋਂ ਕਿੰਨੀ ਮਾਰ ਕਰਦੀ ਹੈ ਸਾਡਾ ਪਾਣੀ ਤੇ ਸਾਡੀ ਹਵਾ ਦੇ ਵਿੱਚ ਇੱਥੇ ਮੈਂ ਬੈਠਾ ਆਪਣੇ ਪਿੰਡ ਦੇ ਵਿੱਚ ਇੱਥੇ ਤੇ ਕਰੋ ਦੀ 스멜 ਆਉਂਦੀ ਹੈ ਇੱਥੇ ਤੇ ਕਰੋ ਦੀ ਬਦਬੋ ਆਉਂਦੀ ਹੈ ਤੇ ਪਾਣੀ ਉਹ ਮੰਨ ਕੇ ਚੱਲ ਜਿਹੜਾ ਕਿਸਾਨ ਹੈ ਕਿਸਾਨ 3 ਫੁੱਟ ਤੋਂ ਥੱਲੇ ਜਿਹੜਾ ਜ਼ਮੀਨ ਦੂਸਤ ਨਹੀਂ ਕਰ ਸਕਦਾ ਜਿਹੜੀ ਉਹ ਫੈਕਟਰੀ ਆ ਉਹ ਥੱਲੇ ਜਿਹੜਾ ਸਾਰਾ ਪਾਣੀ ਦੂਸਤ ਕਰੀ ਜਾਂਦੀ ਹੈ ਹੁਣ ਜਿੰਨੀਆਂ ਵੀ ਫੈਕਟਰੀਆਂ ਲੁਧਿਆਣੇ ਦੀਆਂ ਨੇ ਉਹ ਬੁੱਢੇ ਦਰਿਆ ਬੁੱਢਾ ਜਿਹੜਾ ਦਰਿਆ ਹੈ ਉਹਦੇ ਵਿੱਚ ਕਿੰਨਾ ਜਿਹੜਾ ਪਾ ਕੈਮੀਕਲਾਂ ਵਾਲਾ ਪਾਣੀ ਕਿੰਨਾ ਜਿਹੜਾ ਪਾਣੀ ਜਿਹੜਾ ਇਧਰ ਮਾਲ ਬੈ ਰਾਜਸਥਾਨ ਤੇ ਕਰ ਜਿਹੜਾ ਜਾਂਦਾ ਹੋ ਜਿਹੜੇ ਕਿੰਨੇ ਕੈਮੀਕਲ ਉਹਦੇ ਵਿੱਚ ਪਾਏ ਜਾ ਰਹੇ ਨੇਗੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਜਿਹੜੇ ਉੱਥੇ ਲੋਕ ਇਸ ਚੀਜ਼ ਨੂੰ ਵੀ ਸਮਝਣਾਂ ਉਥੋਂ ਦੇ ਮੌਜੂਦਾ ਲੋਕ ਵੀ ਸਮਝਣ ਜਿਹੜੇ ਲੋਕ ਉਥੋਂ ਸਰਕਾਰ ਤੋਂ ਪੈਸੇ ਲੈ ਕੇ ਸੀ ਫੈਕਟਰੀਆਂ ਬਣਾਈ ਜਾ ਰਹੇ ਹਨ ਪੰਜਾਬ ਦੀ ਜ਼ਮੀਨ ਫੈਕਟਰੀਆਂ ਡਰਾਸਟਿੰਗ ਵਾਲੀ ਨਹੀਂ ਹੈਗੀ ਪੰਜਾਬ ਦੀ ਜ਼ਮੀਨ ਇੱਕ ਖੇਤੀ ਵਾਲੀ ਆ ਜਿੱਥੇ ਕਿਤੇ ਦਰਕਤਕ ਦੇ ਜੰਗਲਾਤ ਕਿਤੇ ਜੰਗਲ ਕੋਈ ਹੈਗਾ ਉਹਨੂੰ ਨਾ ਕਟੋ ਨਹੀਂ ਤਾਂ ਤੁਹਾਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸੀ ਜਿਹੜੇ ਖਮਾਜੇ ਭੁਗਤੀ ਚ ਭੁਗਤੀ ਜਾਂਦੇ ਆ ਅੱਜ ਪੰਜਾਬ ਦੇ ਵਿੱਚ ਹਸਪਤਾਲ ਬਣਾਉਣ ਦੀ ਲੋੜ ਨਹੀਂ ਹੈਗੀ ਇਹ ਸਰਕਾਰਾਂ ਕਹਿੰਦੇ ਨੇ ਅਸੀਂ ਹਸਪਤਾਲ ਬਣਾਵਾਂਗੇ ਹਸਪਤਾਲ ਬਣਾਉਣ ਤੋਂ ਪਹਿਲਾਂ ਪੰਜਾਬ ਦਾ ਵਾਤਾਵਰਨ ਸੁੱਧ ਕਰਨਾ ਜ਼ਰੂਰੀ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤੀ ਤਮ ਹੱਤ ਤਿੰਨ ਚੀਜ਼ਾਂ ਦਾ ਬੰਦਾ ਸਰੀਰ ਬਣਾਇਆ ਹੋਇਆ ਹੈ ਜੇ ਅੱਜ ਪੰਜਾਬ ਦੀ ਹਵਾ ਹੀ ਦੂਸਤ ਹੋ ਗਈ ਪੰਜਾਬ ਦਾ ਪਾਣੀ ਦੂਸਤ ਹੋ ਗਿਆ ਪੰਜਾਬ ਦੀ ਮਿੱਟੀ ਦੂਸਤ ਹੋ ਗਈ ਤਾਂ ਫਿਰ ਹਸਪਤਾਲ ਦਾ ਚਾਹੇ ਪਿੰਕ ਪਿੰਡ ਇੱਕ ਇੱਕ ਪਿੰਡ ਦੇ ਵਿੱਚ ਹਸਪਤਾਲ ਬਣਾ ਲਿਓ ਤਾਂ ਵੀ ਤੁਸੀਂ ਤੁਹਾਨੂੰ ਕੋਈ ਮਰਨ ਤੋਂ ਬਚਾ ਨਹੀਂ ਸਕਦਾ ਤਾਂ ਵੀ ਤੁਹਾਨੂੰ ਕੋਈ ਬਿਮਾਰੀਆਂ ਤੋਂ ਬਚਾ ਨਹੀਂ ਸਕਦਾ ਇਕੱਲੇ ਦਰਖਤ ਨੇਗੇ ਜਿਹੜੇ ਤੁਹਾਨੂੰ ਇਸ ਚੀਜ਼ ਤੋਂ ਬਚਾ ਸਕਦੇ ਨੇਗੇ ਇਕੱਲੀ ਹਵਾ ਹੈ ਜਿਹੜੀ ਹਵਾ ਨੂੰ ਇਸ ਹਵਾ ਨੂੰ ਦਰਖਤ ਸ਼ੁੱਧ ਕਰ ਸਕਦੇ ਨੇ ਇਸ ਪਾਣੀ ਨੂੰ ਇਸ ਮਿੱਟੀ ਨੂੰ ਅੱਜ ਉਹ ਹੀ ਜੰਗਲ ਸਾਡੇ ਕੱਟੇ ਜਾ ਰਹੇ ਨੇਗੇ ਮੱਤੇਵਾੜੇ ਦੇ ਜੰਗਲ ਦੀਆਂ ਬੇਨਤੀ ਕਰਦਾ ਆ ਸਰਕਾਰ ਨੂੰ ਜਿਹੜਾ ਉਹ ਭਗਮੰਤਵਾਨ ਉੱਥੇ ਬੈਠਾ ਸੀ ਨਾ ਤਾਕਤੀਆਂ ਲੈ ਕੇ ਉਦੋਂ ਡਰਾਮੇ ਕਰਦਾ ਸੀਗਾ ਹੁਣ ਭਗਮੰਤ ਸਿਆ ਇਸ ਕਰਕੇ ਹੁਣ ਭਗਮੰਤ ਹੁਣ ਭਗਮੰਤਵਾਨ ਉੱਥੇ ਫੈਕਟਰੀਆਂ ਬਣਾਉਣ ਲੱਗ ਗਿਆ ਹੁਣ ਭਗਮੰਤਵਾਨ ਉੱਥੀ ਜਿਹੜਾ ਬੜੀਆਂ ਕਹਿੰਦੇ ਵੀ ਇਹ ਕਹਿੰਦੇ ਰੋਜ਼ਗਾਰ ਦੇਵਾਂਗੇ ਕਹਨੇ ਰੋਜ਼ਗਾਰ ਕਰਕੇ ਬਣਾ ਰਿਆ ਸਰਕਾਰ ਇਹ ਗੱਲ ਕਹਿ ਰਹੀ ਹੈ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਰੋਜ਼ਗਾਰ ਤਾਂ ਸਾਡੇ ਕੋਲ ਐਡੀ ਬੜੀ ਧੌਲਾ ਫੈਕਟਰੀ ਬਣੀ ਹੋਈ ਹੈ ਉੱਥੇ ਉੱਥੇ ਕਿੱਡੇ ਕਿੰਨੇ ਕਿ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਤੁਸੀਂ ਦਿਤੀ ਹੈ ਸਾਰੇ ਬਾਹਰਲੇ ਚੱਕ ਕੇ ਲੈ ਕੇ ਲਾਏ ਹੋਣਗੇ ਪੰਜਾਬ ਵਾਲਿਆਂ ਨੂੰ ਕੋਈ ਨੌਕਰੀ ਨਹੀਂ ਮਿਲਣੀ ਥੋੜੇ ਪੰਜਾਬ ਦੇ ਜਮੀਨਾਂ ਤਬਾਹ ਕਰਨ ਨੂੰ ਇਹ ਥੋੜੇ ਪੰਜਾਬ ਦੀ ਮਿੱਟੀ ਤਬਾਹ ਕਰਨ ਨੂੰ ਇਹ ਫੈਕਟਰੀਆਂ ਲਾ ਰਹੇ ਨੇ ਪੰਜਾਬ ਵਾਲਿਆਂ ਨੂੰ ਕੋਈ ਨੌਕਰੀਆਂ ਨਹੀਂ ਮਿਲਣੀਆਂ ਜੇ ਤੁਸੀਂ ਫੈਕਟਰੀਆਂ ਆਉਣੇ Rajasthan ਦੇ ਵਿੱਚ ਲਾ ਲਓ Himachal ਦੇ ਵਿੱਚ ਲਾ ਲਓ ਤੇ ਫਿਰ ਪੰਜਾਬ ਦੀ ਧਰਤੀ ਨੂੰ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਹੈ ਜਿਹੜੀ ਇਹ ਇੱਕ ਜਿਹੜੀ ਧਰਤੀ ਹੈ ਇਹ ਜ਼ਮੀਨ ਇੱਥੇ ਇਹ ਉਪਜਾਊ ਧਰਤੀ ਹੈ ਇੱਥੇ ਖੇਤੀ ਜਦਾਂ ਆਧੁਨਿਕ ਨਵੇਂ ਤਕਨੀਕ ਤਕਨੀਕ ਨਾਲ ਖੇਤੀ ਹੋਣੀ ਚਾਹੀਦੀ ਹੈ ਜਿੱਥੇ ਕੋਈ ਸਾਡਾ ਜਿਹੜਾ ਜਿਵੇਂ ਕੋਈ ਮੱਤੇਬੜਾ ਵਾਲਾ ਜੰਗਲਾ ਨੂੰ ਕੱਟਿਆ ਜਾ ਰਿਹਾ ਹੈ ਮੱਤੇਬੜੇ ਦਾ ਜੰਗਲ ਬਾਈ ਬਚਾਉਣਾ ਪੂਰੇ ਪੰਜਾਬ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਇੱਥੇ ਮਾਲਵੇ ਦੇ ਵਿੱਚ ਬੈਠੇ ਆ ਇਹ ਮਾਲਵੇ ਨੂੰ ਵੀ ਪ੍ਰਭਾਵਿਤ ਕਰਨਾ ਕਿਉਂਕਿ ਜਿਹੜਾ ਉਧਰੋਂ ਨਾਲ ਦਰਿਆ ਚੱਲਿਆ ਆ ਰਿਹਾ ਦਰਿਆ ਦਾ ਪਾਣੀ ਪੂਰੇ ਮਾਲਵੇ ਦੇ ਵਿੱਚ ਆਉਂਦਾ ਹੈ ਮਾਲਵੇ ਨੂੰ ਵੀ ਬਹੁਤ ਪ੍ਰਭਾਵਿਤ ਕਰਨਾ ਇਸ ਕਰਕੇ ਅਸੀਂ ਜਿਸ ਤਰ੍ਹਾਂ ਵੀ ਮੈਂ ਹੁਣ ਦੇਖ ਰਿਹਾ ਸੀ ਵੀਡੀਓ ਮੈਂ ਦੋ ਤਿੰਨ ਦਿਨਾਂ ਦੇ ਦੇਖ ਰਿਹਾ ਜਿਸ ਤਰ੍ਹਾਂ ਵੀ ਉੱਥੇ ਕੋਈ ਅੰਦੋਲਨ ਚੱਲਦਾ ਅਸੀਂ ਡਟ ਕੇ ਉੱਥੇ ਬੈਠਾਂਗੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਵੀ ਆਪਾਂ ਇਸ ਤੇ ਇਸ ਇਸ ਮੱਤੇਵਾੜੇ ਦੇ ਜੰਗਲ ਨੂੰ ਬਚਾਉਣ ਲਈ ਤੇ ਉੱਥੋਂ ਦੇ ਲੋਕ ਤਾਂ ਹੁਣ ਕਹਿੰਦੇ ਵੀ ਜਿਹੜੇ ਜਿੰਨਾ ਲੋਕਾਂ ਨੇ ਜ਼ਮੀਨਾਂ ਆਈਆਂ ਨੇ ਗਿਆ ਮੈਂ ਪੂਰੀ ਗੱਲ ਦਾ ਪਤਾ ਕਰ ਰਿਹਾ ਜਮੀਨਾਂ ਆਈਆਂ ਨੇ ਉਹਨਾਂ ਨੂੰ ਹੁਣ ਪੈਸੇ ਆ ਰਹੇ ਨੇ ਉਹ ਪੂਰੇ ਖੁਸ਼ ਨੇਗੇ ਹੁਣ ਜਿਨ੍ਹਾਂ ਨੂੰ ਪੈਸੇ ਆ ਰਹੇ ਨੇਗੇ ਉਹਨਾਂ ਨੂੰ ਇਹ ਨਹੀਂ ਪਤਾ ਬਈ ਚੰਗੀ ਤਰ੍ਹਾਂ ਵੀ ਜਦੋਂ ਇਹ ਪੈਸੇ ਆਉਣਗੇ ਤਾਂ ਇਹ ਤਾਂ ਥੋੜੇ ਟਾਈਮ ਟਾਈਮ ਦੇ ਵਿੱਚ ਖੁਰ ਜਾਣਗੇ ਤੁਹਾਡੇ ਪੈਸੇ ਪੈਸੇ ਤੁਹਾਡੇ ਬੜਾ ਟਾਈਮ ਨਹੀਂ ਰਹਿਣੇ ਪਰ ਜਿਹੜੀ ਤੁਹਾਡੀਆਂ ਤੁਹਾਡਾ ਪੰਜਾਬ ਦਾ ਵਾਤਾਵਰਨ ਆ ਉਹ ਗੰਦਲਾ ਹੁੰਦਾ ਜਾ ਰਿਹਾ ਉਹ 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 ਕਿਸੇ ਕੀਮਤ ਨਾਲ ਵਾਪਸ ਨਹੀਂ ਮੁੜਨਾ ਪੈਸੇ ਪੈਸਾ ਕੋਈ ਤੁਹਾਡੇ ਕੋਲੇ ਬੜਾ ਟਾਈਮ ਨਹੀਂ ਰਹਿਣਾ ਆ ਹੁਣ ਤੁਸੀਂ ਆ ਦੇਖ ਲਓ ਮੇਰੀ ਕੋਸ਼ਿਸ਼ ਇਹ ਹੀ ਆ ਮੈਨੂੰ ਇਹ ਲੱਗਦਾ ਵੀ ਸਭ ਤੋਂ ਵੱਡਾ ਜਿਹੜਾ ਕੰਮ ਹੈ ਸਭ ਤੋਂ ਵੱਡਾ ਜਿਹੜਾ ਪੁੰਨਾ ਦਰਖਤ ਲਾਉਣ ਦਾ ਪੁੰਨ ਹੈ ਜੇ ਤੁਸੀਂ ਦਰਖਤ ਲਾਓਗੇ ਮੈਨੂੰ ਲੱਗਦਾ ਵੀ ਕਿਤੇ ਤੁਸੀਂ ਬਿਲਡਿੰਗਾਂ ਬਣਾਉਣ ਨਾਲ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਨਾਲ ਇਸ ਚੀਜ਼ ਨਾਲ ਜਿਹੜਾ ਇਸ ਚੀਜ਼ ਨਾਲੋਂ ਸਭ ਤੋਂ ਵੱਡਾ ਪੁੰਨ ਇਹ ਆ ਕਿ ਤੁਸੀਂ ਦਰਖਤ ਲਾਓ ਕਿਉਂਕਿ ਕਾਰਨ ਕੀ ਹੈ ਹੁਣ ਇੱਕ ਦਰਖਤ ਦੀ ਜਿਹੜੀ ਛਾਂ ਹੈ ਉਹਦੀ ਇੱਕ ਛਾਂ ਇੱਕ ਹਵਾ ਇੱਕ ਇੱਕ ਰੁੱਖ 100 ਸੁੱਖ ਇੱਕ ਰੁੱਖ ਕਹਿੰਦੇ 100 ਸੁੱਖ ਨੇ ਇੱਕ ਰੁੱਖ ਦੇ ਜੇ ਤੁਸੀਂ ਜੇ ਤੁਸੀਂ ਕੁਦਰਤ ਨੂੰ ਪਿਆਰ ਕਰਨਾ ਤਾਂ ਦਰਖਤ ਤੁਸੀਂ ਤੁਸੀਂ ਜੰਗਲ ਵੱਢੀ ਜਾਂਦੇ ਨੇ ਸਾਡੀਆਂ ਸਰਕਾਰਾਂ ਸਾਡੇ ਜੰਗਲ ਵੱਢੀ ਜਾਂਦੇ ਨੇ ਹੁਣ ਇਹਨਾਂ ਨੇ ਸਰਕਾਰ ਨੇ ਪਤਾ ਕੀ ਕਿਹਾ ਸਰਕਾਰ ਕਹਿੰਦੀ ਵੀ ਹਰ ਇੱਕ ਐਮਐਲਏ ਦੇ ਹਲਕੇ ਦੇ ਵਿੱਚ 50000 ਬੂਟਾ ਲੱਗਣਾ ਚਾਹੀਦਾ 50000 ਬੂਟਾ ਤਾਂ ਇਹ ਆਈ ਬਣੀ ਕਹਿੰਦੇ ਨੇਗੇ ਸਰਕਾਰਾਂ ਜਿਹੜਾ ਹੁਣ 550 ਸਾਲਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਸਾਰੇ ਬੂਟੇ ਲਗਵਾਏ ਸੀ ਕਿਹੜਾ ਬੂਟਾ ਚੱਲਣੇ ਮੈਨੂੰ ਦਿਖਾਓ ਜਿਹੜੇ ਤੁਸੀਂ ਲੱਗੇ ਹੋਏ ਉਹਨਾਂ ਨੂੰ ਵੱਡੇ ਹੀ ਜਾਣਿਓ ਮੱਤੇ ਵੱਡੇ ਦਾ ਜਿਹੜਾ ਜੰਗਲ ਆ ਉਹ ਹੁਣ ਉਹਦੇ ਵਿੱਚ ਜਿਹੜਾ ਉਹਦੇ ਨੇੜੇ ਜਿਹੜਾ ਸਾਡਾ ਦਰਿਆ ਦਾ ਕਿਨਾਰਾ ਹੈ ਉਹਦੇ ਕਿਨਾਰੇ ਤੇ ਜਿਹੜਾ ਉਹ ਫੈਕਟਰੀ ਬਣੂਗੀ ਉਹਦਾ ਪਾਣੀ ਕਿੱਥੇ ਪਾਓਗੇ ਜੀ ਉਹਦਾ ਜਿਹੜਾ ਦੂਸਤ ਪਾਣੀ ਹੈ ਉਹ ਦਰਿਆ ਦੇ ਵਿੱਚ ਹੀ ਪਾਓਗੇ ਜਿਸ ਤਰ੍ਹਾਂ ਕਿ ਬੁੱਡੇ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਬੁੱਡੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਆ ਲੁਧਿਆਣੇ ਦਾ ਸਾਰੀਆਂ ਫੈਕਟਰੀਆਂ ਦਾ ਪਾਣੀ ਉਸ ਤਰ੍ਹਾਂ ਹੀ ਤੁਸੀਂ ਉੱਥੇ ਪਾਣੀ ਪਾਓਗੇ ਨਾ ਤੇ ਇਸ ਕਰਕੇ ਮੈਂ ਤਾਂ ਸੁਰਨਾ ਹੀ ਮੈਨੂੰ ਅਪੀਲ ਕਰਨੀ ਸੀਗੀ ਜਦੋਂ ਵੀ ਕੋਈ ਅੰਦੋਲਨ ਚੱਲਦਾ ਉੱਥੇ ਮੈਨੂੰ ਲੱਗਦਾ ਵੀ ਅੱਜ ਕੁਛਕ ਉੱਥੇ ਜਿਹੜੀਆਂ ਜਥੇਬੰਦੀਆਂ ਮੈਨੂੰ ਲੱਗਦਾ ਵੀ ਅੰਦੋਲਨ ਸ਼ੁਰੂ ਕਰਨ ਲਈ ਜਾ ਰਹੀਆਂ ਨੇਗੀਆਂ ਕੁਛਕ ਜਿਹੜੇ ਸਾਡੇ ਆਗੂ ਅਮਲਾ ਸਿੱਖ ਜਥੇਬੰਦੀਆਂ ਨੇਗੀਆਂ ਉਹ ਅੰਦੋਲਨ ਸ਼ੁਰੂ ਕਰਨ ਲਈ ਜਾ ਰਹੀਆਂ ਨੇ ਅਸੀਂ ਕਿਸਾਨ ਜਥੇਬੰਦਿਆਂ ਨੂੰ ਵੀ ਅਪੀਲ ਕਰਦੇ ਆ ਇਸ ਤੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਮਿੱਟੀ ਹਵਾ ਪਾਣੀ ਨੂੰ ਬਚਾਉਣ ਲਈ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਆਹ ਤੁਹਾਡੇ ਨਾਲ ਹਿਮਾਚਲ ਲੱਗਦਾ ਹਿਮਾਚਲ ਦੇ ਵਿੱਚ ਤੁਸੀਂ ਇੱਕ ਦਰਖਤ ਨਹੀਂ ਪੱਟ ਸਕਦੇ ਅਮਾਚਲ ਦੇ ਵਿੱਚ ਤੁਸੀਂ ਇੱਕ ਦਰਖਤ ਨਹੀਂ ਪੜ ਸਕਦਾ ਇੱਥੇ ਪੰਜਾਬ ਦੀ ਧਰਤੀ ਜਿਹੜੀ ਸਾਨੂੰ ਤੇਹੀ ਆ ਪੰਜਾਬ ਦੀ ਧਰਤੀ ਬਰਬਾਦ ਕਰਨ ਉੱਤੇ ਹੀ ਆ